ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟਰ ਸੈਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਸਾਰਾ ਨੂੰ ਜੀ ਤੇ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਅੱਗੇ ਚੈਨਲ ਦਾ ਕਰੋ ਜੀ ਹੈਲਪਲਾਈਨ ਨੰਬਰ ਨੋਟ ਸਕਰੀਨ ਤੇ ਲਿਖਿਆ ਵੀ ਆ ਰਿਹਾ ਜੀ ਜੇ ਕਿਸੇ ਨੂੰ ਮੇਰੇ ਭੈਣ ਨੇ ਭਰਾ ਨੇ ਬਜ਼ੁਰਗ ਨੇ ਐਡ ਕਰਾਉਣੀ ਹੈ ਜੀ ਕੋਠੀ ਦੀ ਤਾਂ ਜਿਹੜਾ ਨੰਬਰ ਆਪਣਾ ਸਕਰੀਨ ਤੇ ਹੈ ਜੀ ਇਸ ਨੰਬਰ ਤੇ ਘਟ-ਘਟ 10 ਤੋਂ 12 ਤੱਕ ਫੋਟੋਆਂ ਜੀ 3-4 ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ ਵਟਸਐਪ ਨੰਬਰ ਤੇ ਸਾਰਾ ਕੁਝ ਭੇਜ ਕੇ ਅਰ ਤੁਸੀਂ ਕਰਵਾ ਸਕਦੇ ਹੋ ਇੱਕ ਬੇਨਤੀ ਹੈ ਜਦੋਂ ਕੋਈ ਵੀ ਕੋਠੀ ਆਪਣੇ ਕੋਲੇ ਭੇਜ ਦਿਓ ਜੀ ਵੇਚਣ ਵਾਸਤੇ ਜੜੀ ਉਹਦੀ ਜਾਣਕਾਰੀ ਉਹ ਸਾਰੀ ਭੇਜਿਆ ਕਰੋ ਜਿੰਨੀ ਵੀ ਹੁੰਦੀ ਹੈ 3-4 ਮਿੰਟ ਦੀ ਵੀਡੀਓ ਫੋਨ ਨੂੰ ਟੈਡਾ ਕਰਕੇ ਹਰ ਇੱਕ ਥਾਂ ਤੋਂ ਪੂਰੀ ਵਧੀਆ ਬਣਾ ਕੇ ਜਰੂਰ ਭੇਜਿਆ ਕਰੋ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਵੀਡੀਓ ਸਟਾਰਟਾਂ ਜਿੰਨੇ ਤੁਸੀਂ ਕਮੈਂਟ ਕੀਤੇ ਹੈ ਜੀ ਜੋ ਵੀ ਸਵਾਲ ਜਵਾਬ ਕੀਤੇ ਹੈ ਕੁਛ ਵੀ ਪੁੱਛਿਆ ਜੀ ਕੁਛ ਵੀ ਕਿਹਾ ਸਾਰਿਆਂ ਦੇ ਰਿਪਲਾਈ ਆਪਾਂ ਕਰਾਂਗੇ ਜਵਾਬ ਤੁਹਾਡੇ ਦੇਵਾਂਗੇ ਜੀ ਤੇ ਅੱਗੇ ਆਪਾਂ ਹੁਣ ਕਰਦੇ ਜੀ ਕੋਠੀ ਦੀ ਗੱਲ ਜੀ ਤੇ ਕੋਠੀ ਪਹੁੰਚੇ ਜ ਆਪਣੇ ਕੋਲੇ ਬਹੁਤ ਸੋਹਣੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਸਾਰੀ ਨਕਸ਼ੇ ਤੇ ਤਿਆਰ ਹੈ ਦੋ ਮੰਜ਼ਲੀ ਹੈ ਜੀ ਤੇ ਪੂਰੀ ਟੌਪ ਦੀ ਹੈ ਜੀ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਹੀਂ ਬਿਲਕੁਲ ਨਮੀ ਸਾਰੀ ਤਿਆਰ ਕੋਠੀ ਹੈ ਜੀ ਬਾਕੀ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਹੈ ਤੇ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਤੇ ਸਾਰਾ ਕੁਝ ਮਾਲਕ ਨੇ ਦਿਖਾਇਆ ਜੀ ਇਹ ਜਾਣਕਾਰੀ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਜੀ ਕੀ ਕੁਝ ਆਪਣੇ ਕੋਲੇ ਜਾਣਕਾਰੀ ਪਹੁੰਚੀ ਹੈ ਕੀ ਕੁਝ ਕੋਠੀ ਦੇ ਵਿੱਚ ਹੈਗਾ ਜੀ ਤੇ ਟੋਟਲ ਏਰੀਆ ਜੀ ਕੋਠੀ ਦਾ 37 55 ਹੈ ਤੇ ਗਰਾਊਂਡ ਫਲੋਰ 'ਚ ਦੋ ਬੈੱਡਰੂਮ ਹੈ ਜੀ ਤੇ ਲੌਬੀ ਹੈ ਜੀ ਡਰਾਇੰਗ ਰੂਮ ਹੈ ਤੇ ਤਿੰਨ ਬਾਥਰੂਮ ਹੈ ਜੀ ਤੇ ਉੱਪਰ ਜੀ ਦੋ ਬੈੱਡਰੂਮ ਹੈ ਇੱਕ ਲੌਬੀ ਹੈ ਜੀ ਤੇ ਇੱਕ ਬਾਥਰੂਮ ਹੈ ਜੀ ਆ ਕੁਛ ਹੈ ਜੀ ਤੇ ਇਹਨਾਂ ਦਾ ਏਰੀਆ ਜੀ ਫਤਿਹਗੜ੍ਹ ਸਾਹਿਬ ਜੀ ਫਤੇਗੜ ਸਾਹਿਬ ਨ ਦਾ ਏਰੀਆ ਜੀ ਤੇ ਗੁਰਦੁਆਰਾ ਇਹਨਾਂ ਦੇ ਨੇੜੇ ਪੈ ਜਾਂਦਾ ਗੁਰਦੁਆਰਾ ਸਾਹਿਬ ਉਥੇ ਕੋਠੀ ਹੈ ਜੀ ਤੇ ਕਿਸੇ ਮੇਰੀ ਭੈਣ ਨੂੰ ਭਰਾ ਨੂੰ ਬਜ਼ੁਰਗ ਨੂੰ ਪਸੰਦ ਆਈ ਹੋਵੇ ਕੋਠੀ ਤੇ ਜਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਸਾਰਾ ਕੁਝ ਦਿਖਾਇਆ ਜੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਸਾਰੀ ਨਕਸ਼ੇ ਤੇ ਤਿਆਰ ਹੈ ਤੇ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਤੇ ਤੁਸੀਂ ਦੇਖ ਰਹੋ ਮੇਨ ਗੇਟ ਬਹੁਤ ਸੋਹਣਾ ਲੱਗਿਆ ਹੋਇਆ ਜਿਹੜੀ ਬਾਹਰਲੀ ਕੰਧ ਹੈ ਜੀ ਫਰੰਟ ਤੇ ਟੈਲ ਆ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਡਿਜ਼ਾਈਨ ਬਹੁਤ ਸੋਹਣਾ ਹੈ ਬੂਟੇ ਲੱਗੇ ਹੋਏ ਆ ਜੀ ਤੇ ਕੋਠੀ ਸਾਰੀ ਤੇ ਅਰੇ ਜੀ ਸਾਰੀ ਪੈਂਟ ਹੋਈ ਐ ਤੇ ਸਾਰਾ ਕੰਮ ਹੋਇਆ ਜੀ A to Z ਪੱਥਰ ਦਾ ਜੋੜੀਆਂ ਦਾ ਸ਼ੀਸ਼ਿਆਂ ਦਾ A to Z ਜਿੰਨਾ ਵੀ ਹੁੰਦਾ ਹੈ ਕਿਚਨ ਬਹੁਤ ਸੋਹਣਾ ਜੀ ਤੇ ਬਹੁਤ ਜ਼ਿਆਦਾ ਸੋਹਣਾ ਕਿਚਨ ਤਿਆਰ ਕੀਤਾ ਹੋਇਆ ਹੈ ਬਾਕੀ ਮਾਲਕ ਨੇ ਵੀਡੀਓ ਚ ਦਿਖਾਇਆ ਜੀ ਸਾਰਾ ਕੁਝ ਤੁਸੀਂ ਦੇਖ ਲਓ ਤੇ ਕੋਠੀ ਦੀ ਡਿਮਾਂਡ ਹੈ ਜੀ 85 ਲੱਖ 85 ਲੱਖ ਡਿਮਾਂਡ ਹੈ ਬਾਕੀ ਇਹਨਾਂ ਨੂੰ ਤੁਸੀਂ ਫੋਨ ਕਰਕੇ ਇੱਕ ਵਾਰੀ ਪੁੱਛ ਲਓ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 70 094 64170 ਇਹਨਾਂ ਨੂੰ ਫੋਨ ਕਰ ਲਿਓ ਬਾਕੀ ਨੰਬਰ ਸਕਰੀਨ ਤੇ ਹੈ ਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਤੇ ਜਾ ਕੇ ਦੇਖ ਲਿਓ ਤੇ ਜਾ ਕੇ ਦੇਖ ਕੇ ਤੇ ਡੀਲ ਕੋਠੀ ਦੀ ਕਰ ਸਕਦੇ ਹੋ ਜੀ ਤੇ ਆਪਾਂ ਨਾ ਬਹੁਤ ਸਾਰੇ ਕਮੈਂਟ ਚੈੱਕ ਕੀਤੇ ਸੀਗੇ ਜੀ ਫਤਿਹਗੜ ਏਰੀਆ ਚੋਂ ਤੇ ਬਹੁਤ ਸਾਰੇ ਕਮੈਂਟ ਆਏ ਹੋਏ ਸੀਗੇ ਫਤਿਹਗੜ ਤੋਂ ਡਿਮਾਂਡ ਸੀ ਬਹੁਤ ساری ਕੋਠੀਆਂ ਦੀ ਤੇ ਆਪਾਂ ਲੈ ਕੇ ਹਾਜ਼ਰ ਆ ਜੀ ਤੇ ਤੁਹਾਡੀ ਫਰਮਾਇਸ਼ ਤੇ ਤੁਸੀਂ ਦੱਸੋ ਜੀ ਹੁਣ ਕੋਠੀ ਕਿੰਨੇ ਦੀ ਲੱਗੀ ਜਿਹੜੇ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਫਤਿਹਗੜ ਸਾਹਿਬ ਦੇ ਨੇ ਤੇ ਜਿਨ੍ਹਾਂ ਨੇ ਡਿਮਾਂਡ ਕੀਤੀ ਸੀ ਜੀ ਤੁਹਾਡੇ ਫਰਮੈਸ਼ ਲੈ ਕੇ ਆਏ ਆ ਜੀ ਤੇ ਤੁਸੀਂ ਦੇਖੋ ਜੀ ਤੇ ਵਧੀਆ ਲੱਗਿਓ ਵੀ ਤਾਂ ਖਰੀਦ ਸਕਦੇ ਹੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਕਮੈਂਟਾਂ ਦੀ ਗੱਲ ਜਿਵੇਂ ਆਪਾਂ ਕਹਿ ਸੀਗਾ ਸਾਰੇ ਆਪਾਂ ਕਮੈਂਟ ਪੜਾਂਗੇ ਜਿੰਨੇ ਕਰੇ ਤੁਸੀਂ ਸਭ ਤੋਂ ਪਹਿਲਾ ਕਮੈਂਟ ਆਪਣੇ ਕੋਲੇ ਹਰਜੋਤ ਦਾ ਪਹੁੰਚਿਆ ਜੀ ਕਹਿੰਦੇ ਕਿੱਥੇ ਆ ਵਧੀਆ ਕੋਠੀ ਆ ਆ ਕੋਠੀ ਦਾ ਬਰੇਂਡ ਕਿੱਥੇ ਐ ਆ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਜੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਕਿੱਥੇ ਕੋਠੀ ਐ ਕਿਵੇਂ ਕੁਛ ਐ ਜੀ ਮਾਲਕ ਦਾ ਨੰਬਰ ਵੀ ਦਿੱਤੇ ਉਹਨਾਂ ਨੂੰ ਤੁਸੀਂ ਫੋਨ ਕਰਕੇ ਪੁੱਛ ਲਿਓ ਬਾਕੀ ਨੰਬਰ ਵੀ ਸਕਰੀਨ ਤੇ ਹੁੰਦਾ ਜੀ ਤੇ ਕਿੱਥੇ ਕੋਠੀ ਐ ਉਹ ਵੀ ਸਕਰੀਨ ਤੇ ਹੁੰਦੀ ਐ ਜੀ ਵੀਡੀਓ ਦੇ ਅੰਦਰ ਤੇ ਅਗਲਾ ਕਮੈਂਟ ਐ ਜੀ ਗੋਡ ਗਿਫਟ ਤੇ ਇਹਨਾਂ ਨੇ ਕਿਹਾ ਜੀ ਜਨਰਲੀ ਕਲਾਂ ਨਹੀਂ ਵੀਰੇ ਜੰਡਾਲੀ ਕਲਾਂ ਬੇਸੇ ਵੀਰੇ ਕੋਠੀ ਬਹੁਤ ਸੋਣੀ ਐ ਤੇ ਵੀਡੀਓ ਵੀ ਆ ਬੜੀਆ ਕਹਿਣ ਲਈ ਧੰਨਵਾਦ ਜੀ ਬਾਕੀ ਜਿਹੜਾ ਤੁਸੀਂ ਕਿਹਾ ਜੀ ਜਨਰਲੀ ਕਲਾ ਨਹੀਂ ਜੰਡਾਲੀ ਕਲਾ ਜੀ ਆ ਐਵੇਂ ਆ ਜੀ ਮੇਰਾ ਥੋੜਾ ਜਨਾ ਅੰਗਰੇਜ਼ੀ ਚ ਹੱਤ ਤੰਗ ਹੀ ਤਾਂ ਕਰਕੇ ਹਲਕਾ ਥੋੜਾ ਬੋਤਾ ਹੋ ਜਾਂਦਾ ਹੈ ਦਰੁਦਰਾ ਬਾਕੀ ਕੋਈ ਗੱਲ ਨਹੀਂ ਜੀ ਬਾਕੀ ਤੁਸੀਂ ਦੇਖ ਲੈਣਿਓ ਸਮਝ ਲੈਣਿਓ ਮੇਰੀ ਤੇ ਕੋਈ ਗੱਲ ਨਹੀਂ ਜੀ ਇੰਨਾ ਕ ਚੱਲੇ ਜਾਂਦਾ ਜੀ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਜੀ ਤੇ ਸੁਖਜਿੰਦਰ ਮਾਨ ਕਹਿੰਦੇ ਅੱਗੇ ਤਲਵੰਡੀ ਸਾਬੋ ਵਿੱਚ ਹੈ ਕੋਈ ਕੋਠੀ ਤਾਂ ਦੱਸੋ ਜੀ ਆ ਤਲਵੰਡੀ ਸਾਬੋ ਤੋਂ ਆਪਾਂ ਕਈ ਕੋਠੀਆਂ ਪਾਈਆਂ ਹੋਈਆਂ ਜੀ ਕਈ ਦਿਨ ਪਹਿਲਾਂ ਪਾਈ ਸੀਗੀ ਤੁਸੀਂ ਉਹ ਚੈੱਕ ਕਰੋ ਜੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਖਰੀਦ ਲਿਓ ਜੇ ਨਾ ਵਧੀਆ ਲੱਗੇ ਤਾਂ ਕੋਈ ਗੱਲ ਨਹੀਂ ਜੀ ਤੁਹਾਡੀ ਮੈਂ ਗੱਲ ਮੰਨੂ ਆ ਜੀ ਤਲਵੰਡੀ ਸਾਬੋ ਤੋਂ ਕੋਠੀ ਲੈ ਕੇ ਮੈਂ ਆਉਂਗਾ ਜੀ ਤੇ ਜੱਗੀ ਕਹਿੰਦੇ ਜੀ ਬਹੁਤ ਸੁੰਦਰ ਲੱਗ ਰਹਾ ਹੈ ਜੀ ਹਾਂ ਜੀ ਤੇ ਵਧੀਆ ਜੀ ਕੋਠੀ ਤਾਂ ਦੀਪਕ ਸ਼ਰਮਾ ਕਹਿੰਦੇ ਗੀ ਲੁਧਿਆਣੇ ਵਿੱਚ 3 ਲੱਖ ਤੱਕ ਕੋਈ ਨੇੜੇ-ਤੇੜੇ ਪਿੰਡ ਵਿੱਚ ਹੋਵੇ ਤਾਂ ਦੱਸੋ ਜੀ ਜ਼ਰੂਰ ਜੀ ਕੋਈ ਗੱਲ ਨਹੀਂ ਜੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਰੇਡ 'ਚ ਮੈਂ ਲੈ ਕੇ ਆ ਮਾ ਜੀ ਤੇ ਭਾਮ ਸਾਹਿਬ ਕਹਿੰਦੇ ਅੱਗੇ ਬਰਨਾਲਾ ਏਰੀਆ 'ਚ ਆ ਜ਼ਰੂਰ ਜੀ ਦੇਖਦੇ ਆ ਜੀ ਕੋਈ ਆਪਾਂ ਤੇ ਲਾਲ ਕਹਿੰਦੇ ਅੱਗੇ ਵੀਰ ਜੀ ਸੁਲਤਾਨਪੁਰ ਵਿੱਚ ਕੋਈ ਕੋਠੀ ਹੋਵੇ 4 ਲੱਖ ਤੱਕ ਤਾਂ ਦੱਸੋ ਜੀ ਕੋਈ ਗੱਲ ਨਹੀਂ ਜੀ ਆਪਾਂ ਲੱਭਦੇ ਆ ਜੀ ਕੋਈ ਤੇ ਦੇਖ ਲੈਨੇ ਆ ਜੀ ਤੇ ਅਗਲਾ ਜੀ ਸਤਨਾਮ ਸਿੰਘ ਕਹਿੰਦੇ ਵੈਰੀ ਨਾਈਸ ਕੋਠੀ ਧੰਨਵਾਦ ਜੀ ਤੇ ਕੋਠੀ ਦਾ ਵਧੀਆ ਜੀ ਬਾਕੀ ਕਮੈਂਟ ਕਰ ਲਈ ਧੰਨਵਾਦ ਤੁਸੀਂ ਆਪਣੇ ਚੈਨਲ ਤੇ ਆਏ ਤੇ ਬਹੁਤ ਵਧੀਆ ਲੱਗਿਆ ਜੀ ਤੇ ਆਪਣਾ ਕਮੈਂਟ ਕਰਦੇ ਰਿਹਾ ਕਰੋ ਜੀ ਆਪਦੀ رائے ਜ਼ਰੂਰ ਦੇ ਕਰੋ ਜੀ ਤੇ ਰੂਪੀ ਕਹਿੰਦੇ ਅਗੇ 메인 게ਟ ਤੇ ਕੋਣ ਸੀ ਦਿਸ਼ਾ ਵੱਲ ਕੀ ਕੇ ਹੈ ਜੀ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਨਾ ਵਧੀਆ ਕਮੈਂਟ ਕਰੋ ਜੀ ਕੋਈ ਤੇ ਮੈਂ ਤੁਹਾਨੂੰ ਰਿਪਲਾਈ ਜ਼ਰੂਰ ਦਊਗਾ ਦੱਸੂਗਾ ਜੀ ਅਰਜਿੰਦਰ ਸਿੰਘ ਕਹਿੰਦੇ ਪਟਿਆਲੇ ਵਿਖੇ ਬੜਾ ਮਕਾਲ ਦੱਸੋ ਜੀ ਕੋਈ ਗੱਲ ਨਹੀਂ ਜੀ ਆਪਾਂ ਪਟਿਆਲੇ ਵਿੱਚ ਮਕਾਨ ਜ਼ਰੂਰ ਲੇ ਕਮਾਂਗੀ ਤੁਸੀਂ ਮੰਗ ਕੀਤੀ ਹੈ ਤੇ ਤੁਹਾਡੀ ਮੰਗ ਆਪਾਂ ਪੂਰੀ ਜ਼ਰੂਰ ਕਰਾਂਗੇ ਜੀ ਤੇ ਅਗਲਾ ਕਮੈਂਟ ਹੈ ਜੀ ਸੁਖਚੈਨ ਸਿੰਘ ਕਹਿੰਦੇ ਆ ਮੰਡੀ ਗੋਬਿੰਦ ਗੜ੍ਹ ਵਿੱਚ ਕੋਈ ਕੋਠੀ ਹੋਵੇ ਤਾਂ ਦੱਸੋ ਜੀ ਜ਼ਰੂਰ ਜੀ ਆਪਾਂ ਲੈ ਕੇ ਜ਼ਰੂਰ ਆਵਾਂਗੇ ਤੁਹਾਡੇ ਫਰਮਾਇਸ਼ ਤੇ ਤੇ ਬਾਕੀ ਅੱਜ ਲਈ ਇਹਨੇ ਜੀ ਜਿੰਨੇ ਬਾਕੀ ਦੇ ਕਮੈਂਟ ਰਹਿ ਗਏ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਪੜ੍ਹ ਦਾਂਗੇ ਤੇ ਅੱਜ ਲਈ ਇਹਨੇ ਜੀ ਜਿਆਦਾ ਕਮੈਂਟ ਪੜ੍ਹਨ ਲੱਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜੂਗੀ ਬਾਕੀ ਜਿਆਦਾ ਵੀਡੀਓ ਤੁਹਾਨੂੰ ਪਤਾ ਜੀ ਤੁਸੀਂ ਦੇਖਣੀ ਨਹੀਂ ਤਾਂ ਕਰਕੇ ਅੱਜ ਲਈ ਐਨੇ ਜੀ ਬਾਕੀ ਜਿੰਨੇ ਕਮੈਂਟ ਰਹਿ ਗਿਆ ਆਪਾਂ ਕੱਲ੍ਹ ਵਾਲੀ ਵੀਡੀਓ ਚ ਪੜ ਦਾਂਗੇ ਤੇ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਜੀ ਜਿੰਨੇ ਆਪਾਂ ਪੜੇ ਬਹੁਤ ਸੋਹਣੇ ਲੱਗੇ ਬਹੁਤ ਵਧੀਆ ਲੱਗਿਆ ਜੀ ਦਿਲ ਖੁਸ਼ ਹੋ ਜਾਂਦਾ ਜੀ ਤੁਸੀਂ ਐਨੇ ਸੋਹਣੇ ਕਮੈਂਟ ਕਰਦੋਂ ਬਹੁਤ ਬਹੁਤ ਧੰਨਵਾਦ ਜੀ ਬਾਕੀ ਹੁਣ ਦੋ ਜੀ ਇਜਾਜ਼ਤਾਂ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੇ ਨਵੀਂ ਕੋਠੀ ਮਕਾਨ ਦੇ ਨਾਲ ਜਲਦੀ ਮਿਲਦੇ ਆ ਜੀ ਤੇ ਠੀਕ ਹੈ ਜੀ